ਦੇਖੀਏ ਜੀ, 18 ਤਰੀਕ ਨੂੰ SHO ਸਿਟੀ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਏਰੀਏ ਦੇ ਵਿੱਚ ਮੋਟਰਸਾਈਕਲ ਕਾਫੀ ਚੋਰੀ ਹੋ ਰਹੇ ਆ, ਜੋ ਕਿ ਸਾਡੇ ਮਾਨਯੋਗ SSP ਸਾਹਿਬ ਸਰਦਾਰ ਹਰਕਰਨਪ੍ਰੀਤ ਸਿੰਘ ਖੱਖ ਜੀ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਇਹ ਸਾਰਾ ਉਹਨਾਂ ਨੇ ਸਪੈਸ਼ਲ, ਮਤਲਬ ਜ਼ੀਰੋ ਟੋਲਰੈਂਸ ਹੈ ਵੀ ਜਿਹੜਾ ਕੋਈ ਵੀ ਕ੍ਰਿਮੀਨਲ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪੁੱਛਿਆ ਨਹੀਂ ਜਾਏਗਾ। ਅਤੇ ਉਸ ਪੋਲਿਸੀ ਤਹਿਤ ਹੀ ਇਹਨਾਂ ਨੇ ਜਿਹੜੀ ਹੈ ਇਹਨਾਂ ਕੋਲ ਇਨਫੋਰਮੇਸ਼ਨ ਆਈ ਵੀ ਮੋਟਰਸਾਈਕਲ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ, ਜਿਹਦੇ ਤਹਿਤ ਇਹਨਾਂ ਨੇ ਸ਼ੰਕਰਪੁਰੀ 'ਤੇ ਨਾਕਾ ਲਾਇਆ ਸੀਗਾ, ਜਿੱਥੇ ਇੱਕ ਸੁਨੀਲ ਕੁਮਾਰ ਜਿਹੜਾ ਹੈਗਾ ਵਾ ਬੋਪਾਰਾ ਕਲਾਂ ਦਾ ਅਤੇ ਜਸਕਰਨ ਸਿੰਘ ਸੀਗਾ ਚੱਕ ਕਲਾਂ ਦਾ, ਇਹ ਦੋਨਾਂ ਨੂੰ ਉਹਨਾਂ ਨੇ ਦੋ ਮੋਟਰਸਾਈਕਲਾਂ 'ਤੇ ਵੱਖ ਵੱਖ ਮੋਟਰਸਾਈਕਲਾਂ 'ਤੇ ਜਿਹੜਾ ਕਾਬੂ ਕੀਤਾ। ਉਹਨਾਂ ਨੂੰ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਅਤੇ ਉਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਡਿਸਕਲੋਜ਼ ਕੀਤਾ, ਗੁਰਪ੍ਰੀਤ ਸਿੰਘ ਜਿਹੜਾ ਕਿ ਚੱਕ ਕਲਾਂ ਦਾ ਰਹਿਣ ਵਾਲਾ ਹੈ ਅਤੇ ਉਹਦੇ ਕੋਲੋਂ ਵੀ ਮੋਟਰਸਾਈਕਲ ਬਰਾਮਦ ਹੋਇਆ ਇੱਕ। ਔਰ ਇਹਨਾਂ ਤੋਂ ਜਦੋਂ ਹੋਰ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਦੋ ਐਕਟਿਵਾ ਅਤੇ ਦੋ ਹੋਰ ਮੋਟਰਸਾਈਕਲ, ਯਾਨੀ ਇਨ ਟੋਟਲ 5 ਮੋਟਰਸਾਈਕਲ ਅਤੇ 2 ਐਕਟਿਵਾ ਇਹਨਾਂ ਕੋਲੋਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਹੁਣ ਤੱਕ। ਇਹਦੇ ਵਿੱਚ ਜਿਹੜਾ ਸੁਨੀਲ ਹੈਗਾ ਜੀ, ਸੁਨੀਲ 'ਤੇ 2 ਮੁਕੱਦਮੇ ਦਰਜ ਹੈ, ਇੱਕ ਚੋਰੀ ਦਾ ਅਤੇ ਇੱਕ NDPS ਐਕਟ ਦਾ। ਔਰ ਜਿਹੜਾ ਹੈਗਾ ਵਾ ਆਪਣਾ ਜਸਕਰਨ, ਇਹਦੇ ਉੱਪਰ ਇੱਕ ਜਿਹੜਾ ਚੋਰੀ ਦਾ ਮੁਕੱਦਮਾ ਦਰਜ ਹੈ ਜੀ। ਇਹ ਜਿਹੜੇ ਹੈਗੇ ਆਪਸ ਦੇ ਵਿੱਚ ਕਿੱਦਾਂ ਇਹਨਾਂ ਦਾ ਤਾਲਮੇਲ ਕਿੱਦਾਂ ਬਣਿਆ ਹੋਇਆ? ਜਿਹਨਾਂ ਦਾ ਸੇਮ ਵਿਚਾਰਧਾਰਾ ਹੋਏ ਉਹ ਇਕੱਠੇ ਹੋਈ ਜਾਂਦੇ ਨੇ ਤੇ ਬਸ ਉਸ ਹਿਸਾਬ ਦੇ ਨਾਲ ਹੀ ਇਕੱਠੇ ਹੋਏ ਜੀ। ਹਾਂ, ਨਸ਼ਾ ਵੀ ਕਰਦੇ ਨੇ। ਰਿਮਾਂਡ ਲੈ ਕੇ ਤੇ ਇਹਨਾਂ ਕੋਲ ਹੋਰ ਵੀ ਜਿਹੜੀ ਰਿਕਵਰੀ ਇਹ ਜੀ, ਅਜੇ ਕੁਛ ਇੱਕ ਤਾਂ ਪਤਾ ਕੀਤਾ, ਕੁਛ ਇੱਕ ਜਿੱਦਾਂ ਇਹਨਾਂ ਨੇ ਇੱਕ ਬੱਸ ਸਟੈਂਡ ਜਲੰਧਰ ਤੋਂ ਚੋਰੀ ਕੀਤਾ ਸੀਗਾ, ਇੱਕ ਨਕੋਦਰ ਚੌਂਕ ਦੇ ਲਾਗੇ ਉਹਨਾਂ ਨੇ ਚੋਰੀ ਕੀਤਾ ਸੀਗਾ, ਇੱਕ ਨਕੋਦਰ ਚੌਂਕ ਤੋਂ ਪਰਲੀ ਸਾਈਡ ਤੋਂ, ਜ਼ਿਆਦਾਤਰ ਨਕੋਦਰ ਚੌਂਕ ਜਿਹੜਾ ਨਕੋਦਰ ਚੌਂਕ ਦੇ ਲਾਗੇ 3-4 ਤਾਂ ਨਕੋਦਰ ਚੌਂਕ ਦੇ ਲਾਗੇ ਉਹਨਾਂ ਨੇ ਚੋਰੀ ਕੀਤੇ ਸੀਗੇ ਅਤੇ ਹਜੇ ਉਹ ਬਾਕੀ ਜਿਹੜੇ ਆ ਅਸੀਂ ਉਹਨਾਂ ਦੇ ਜਿਹੜੇ ਚੈਸੀ ਨੰਬਰ, ਇੰਜਨ ਨੰਬਰ, ਓਨਰਸ ਦਾ ਪਤਾ ਕਰ ਰਹੇ ਹਾਂ, ਕਿਉਂਕਿ ਇਹ ਵੀ ਨਸ਼ੇ ਦੀ ਲੋੜ ਦੇ ਵਿੱਚ ਚੋਰੀਆਂ ਚਾਰੀਆਂ ਕਰਦੇ, ਕਈ ਚੀਜ਼ਾਂ ਇਹਨਾਂ ਦੇ ਨਹੀਂ ਵੀ ਦਿਮਾਗ 'ਚ ਰਹਿੰਦੀਆਂ ਅਤੇ ਉਹ ਵੀ ਅਸੀਂ ਰਿਮਾਂਡ ਲੈ ਕੇ ਇੱਕ ਤਾਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ, ਇੱਕ ਉਹਦੇ ਨਾਲ ਕੋਲੈਬੋਰੇਟ ਕਰਾਂਗੇ ਵੀ ਜਿਹੜੇ ਰਿਕਵਰਡ ਵਹੀਕਲਸ ਹੈਗੇ ਆ ਉਹਦੇ ਓਨਰ ਕਿਹੜੇ ਆ, ਉੱਥੋਂ ਸਾਨੂੰ ਪਤਾ ਲੱਗੇਗਾ ਵੀ ਐਗਜੈਕਟਲੀ ਕਿੱਥੋਂ ਕਿੱਥੋਂ ਚੋਰੀ ਹੋਏ ਆ ਅਤੇ ਕਿਹੜੇ ਕਿਹੜੇ ਹੋਏ ਪਰਚੇ ਇਹਨਾਂ ਦੇ ਖਿਲਾਫ ਜਿਹੜੇ ਦਰਜ ਹੋਏ ਆ। ਸਰ, ਕਾਬੂ ਕਿੱਥੋਂ ਕੀਤੇ ਗਏ? ਇਹਨਾਂ ਨੂੰ ਜੀ ਸ਼ੰਕਰਪੁਰੀ ਤੋਂ ਕਾਬੂ ਕੀਤੇ ਗਏ ਜੀ। ਸਰ, ਕੀ ਇਹਨਾਂ 'ਤੇ ਕਾਰਵਾਈ ਕੀਤੀ? ਇਹਨਾਂ ਦੇ ਜਿਹੜੇ ਚੋਰੀ ਦੇ ਸੈਕਸ਼ਨ ਆ ਸਾਰੇ ਲਾ ਕੇ ਜੀ ਉਹਦੇ ਤਹਿਤ ਇਹਨਾਂ ਦਾ ਜਿਹੜਾ ਕੇਸ ਰਜਿਸਟਰ ਕੀਤਾ ਗਿਆ। ਸਰ, ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ? ਹਾਂ, ਉਹ ਅਜੇ ਵੈਰੀਫਾਈ ਕਰਨਾ ਬਾਕੀ ਹੈ ਜੀ, ਉਹਨਾਂ ਨੂੰ ਹੋਰ ਪੁੱਛਗਿੱਛ ਕਰਾਂਗੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਜੋ ਕੋਈ ਹੋਰ ਸਾਹਮਣੇ ਆਇਆ ਤਾਂ ਉਹ ਵੀ ਬੁੱਕ ਕੀਤਾ ਜਾਏਗਾ ਜੀ। ਇਹਨਾਂ ਵਿੱਚੋਂ ਕੋਈ ਰਡਾਰ 'ਤੇ ਸੀ ਤੁਹਾਡੇ ਕੋਈ ਨੂੰ? ਦੇਖੋ ਜੀ, ਵੈਸੇ ਤਾਂ ਅਸੀਂ ਤਕਰੀਬਨ ਜਿਹੜੇ ਵੀ ਬੇਲ ਆਊਟ ਕ੍ਰਿਮੀਨਲਸ ਹੈ ਜਿਹੜੇ ਜਮਾਨਤ 'ਤੇ ਆ, ਅਸੀਂ ਸਾਰਿਆਂ ਦੀ ਉਹਨਾਂ ਦੀ ਸਰਵੇਲੈਂਸ ਨਿਗਰਾਨੀ ਕਰਦੇ ਹੀ ਰਹਿੰਦੇ ਹਾਂ ਜੀ ਅਤੇ ਸਾਰੇ ਹੀ ਅਸੀਂ ਰਡਾਰ 'ਤੇ ਰੱਖੀ ਦੇ ਆ, ਬਟ ਜਿਹੜੇ ਇਹਦੇ ਬਾਰੇ ਸਾਨੂੰ ਕੋਈ ਕਲੂ ਮਿਲ ਜਾਏ ਜਾਂ ਦੂਜਾ ਮਿਲ ਜਾਏ ਉਹ ਸਾਨੂੰ ਪਤਾ ਲੱਗਾ। ਇਹਨਾਂ ਵਿੱਚੋਂ ਇੱਕ ਕ੍ਰਿਮੀਨਲ ਜਿਹੜਾ ਦੋਸ਼ੀ ਪਾਇਆ ਗਿਆ, ਉਹ ਸਾਰੀ ਆਰੋਪੀ ਪਾਇਆ ਗਿਆ, ਉਹ ਆਲਰੇਡੀ ਬੇਲ 'ਤੇ ਸੀ ਜੀ। ਹਾਂ, ਇਹ ਵੀ ਜਿਹੜੇ ਨੇ ਬੇਲ 'ਤੇ ਨੇ ਜੀ, ਇਹ ਵੀ ਜਿਹੜੇ ਨੇ ਦੋ ਜਣੇ ਜਿਹੜੇ ਹੈਗੇ ਆ ਜੀ, ਕਿਉਂਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਜਿੱਦਾਂ ਸੁਨੀਲ 'ਤੇ 2 ਕੇਸ ਰਜਿਸਟਰਡ ਆ ਅਤੇ ਜਸਕਰਨ 'ਤੇ 1 ਹੈ, ਉਹਦੇ ਵਿੱਚ ਦੋਨੇ ਬੇਲ 'ਤੇ ਆ ਜੀ, ਦੋਨੇ ਬੇਲ ਆਊਟ ਨੇ ਜੀ ਅਤੇ ਬਿਲਕੁਲ ਜਿਹੜੇ ਬੇਲ ਆਊਟ ਹੁੰਦੇ ਆ ਉਹਨਾਂ ਦਾ ਅਸੀਂ ਸਪੈਸ਼ਲ ਉਹਨਾਂ ਦੀ ਨਿਗਰਾਨੀ ਰੱਖੀ ਦੀ ਹੈ ਜੀ। ਸਰ, ਇੱਕ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਵਾ 3 ਜਣੇ ਚੜ੍ਹ ਕੇ ਜਾਂਦੇ ਨੇ ਮੋਟਰਸਾਈਕਲਾਂ 'ਤੇ ਜਾਂ ਜਿਨ੍ਹਾਂ ਦੇ ਬਿਨਾਂ ਨੰਬਰ ਤੋਂ ਘੁੰਮਦੇ ਨੇ, ਉਹਨਾਂ 'ਤੇ ਕੀ ਕਾਰਵਾਈ ਕੀਤੀ ਜਾਊਗੀ? ਉਹਨਾਂ 'ਤੇ ਜੀ ਬਿਲਕੁਲ ਉਹਨਾਂ 'ਤੇ ਹੁਣ ਨਹੀਂ ਜੀ, ਉਹਨਾਂ 'ਤੇ ਸਾਡਾ ਪੱਕਾ ਹੀ ਹੈਗਾ ਜੀ। ਇਹਦੇ ਵਾਸਤੇ ਸਪੈਸ਼ਲੀ SSP ਸਾਹਿਬ ਸਾਡੇ ERB ਟੀਮਸ ਬਣਾਈਆਂ ਨੇ, ਜਿਹੜੀ ਰਾਊਂਡ ਦੀ ਕਲੋਕ ਜਿਹੜੀ ਹਰ ਇੱਕ ਥਾਣੇ ਵਾਈਜ਼ ਇੱਕ ਇੱਕ ERB ਟੀਮ ਹੈ, ਜਿਹਦੀ ਕੰਪੋਜੀਸ਼ਨ ਦੇ ਵਿੱਚ 3 ਬੰਦੇ ਤਾਂ ਹਰ ਟਾਈਮ ਜਿਹੜੇ ਆ ਉਹ ਪ੍ਰੈਜੈਂਟ ਹੁੰਦੇ ਹੀ ਹੁੰਦੇ ਆ, ਔਰ ਉਹਨਾਂ ਦਾ ਸਪੈਸ਼ਲ ਕੰਮ ਹੈ ਵੀ ਉਹ ਚਲਾਨੀ ਕਰਦੇ ਨੇ। ਇਸ ਤੋਂ ਇਲਾਵਾ
ਸਪੈਸ਼ਲ ਜਿਹੜਾ ਅਸੀਂ ਸਪੋਟਸ ਆਈਡੈਂਟੀਫਾਈ ਕੀਤੇ ਆ ਜਿੱਥੇ ਜਿਹੜੇ ਸਨੈਚਿੰਗ ਸਪੋਟਸ ਅਤੇ ਟਾਈਮ ਉਹਦਾ ਵੀ ਕਿਸ ਟਾਈਮ ਵੇਲੇ ਕਿੱਥੇ ਸਨੈਚਿੰਗ ਹੁੰਦੀ ਹੈ ਕਿੱਥੇ ਕੋਈ ਸਟਰੀਟ ਕਰਾਈਮ ਹੁੰਦਾ ਉਸ ਜਗ੍ਹਾ 'ਤੇ ਜਾ ਕੇ ਅਸੀਂ ਸਪੈਸ਼ਲ ਜਿਹੜੀ ਨਾਕਾਬੰਦੀ ਪਲਾਨ ਕਰਕੇ ਉੱਥੇ ਵੀ ਜਿਹੜੇ ਉਹ ਚਲਾਨ ਕਰਦੇ ਹਾਂ ਉਹਦੇ ਵਿੱਚ ਸਪੈਸ਼ਲ ਜਿਹੜਾ ਦੇਖਿਆ ਜਾਂਦਾ ਵਾ ਜਿਹੜਾ ਤੁਸੀਂ ਪੁਆਇੰਟ ਆਊਟ ਕੀਤਾ ਵਾ ਵੀ ਮੋਟਰਸਾਈਕਲ ਵਿਦਾਊਟ ਨੰਬਰ ਅਤੇ ਜਾਂ ਤਿੰਨ ਤਿੰਨ ਚੜੇ ਜਾਂ ਹੁਲੜਬਾਜ਼ ਜਿਹੜੇ ਆਪਾਂ ਬੇਸਿਕਲੀ ਕਹਿ ਦਈਏ ਉਹਨਾਂ 'ਤੇ ਸਾਡਾ ਮੇਨ ਫੋਕਸ ਰਹਿੰਦਾ ਅਤੇ ਉਹਨਾਂ 'ਤੇ ਅਸੀਂ ਚਲਾਉਣ ਉਹਦੇ ਵਿੱਚ ਕਰਦੇ ਹਾਂ। ਕਈ ਮੋਟਰਸਾਈਕਲਾਂ 'ਤੇ ਜਿਹੜਾ ਹੈਗਾ ਨੰਬਰ ਤੋਂ ਬਗੈਰ ਜਿਹੜਾ ਹੈਗਾ ਨੰਬਰ ਹੁੰਦਾ ਵੀ ਆ, ਕਈ ਵਾਰੀ ਮਿੱਟੀ ਲਗਾ ਕੇ ਜਿਹੜਾ ਹੈਗਾ ਵਾ ਕਈ ਘੁੰਮਦੇ ਹੈਗੇ ਆ, ਉਹਨਾਂ 'ਤੇ ਕੀ ਕਾਰਵਾਈ? ਬਿਲਕੁਲ ਸੇਮ ਹੈ ਜੀ, ਉਹਨਾਂ ਲਈ ਵੀ ਸੇਮ ਹੈ ਜੀ, ਜਿਹੜਾ ਉਹ ਸੈਕਸ਼ਨ ਹੈ ਮੋਟਰ ਵਹੀਕਲ ਐਕਟ ਦਾ ਉਹ ਸੇਮ ਹੀ ਹੈ ਜੀ। ਜੇ ਨੰਬਰ ਪਲੇਟ ਨਹੀਂ ਲਾਈ ਜਾਂ ਨੰਬਰ ਪਲੇਟ ਤੁਸੀਂ ਗਲਤ ਨੰਬਰ ਪਲੇਟ ਹੈ ਜਾਂ ਨੰਬਰ ਪਲੇਟ ਨੂੰ ਮੋੜਿਆ ਵਾ ਉਹ ਰੋਂਗ ਨੰਬਰ ਪਲੇਟ ਦਾ ਉਹ ਸੇਮ, ਉਹ ਸਾਰਿਆਂ ਵਾਸਤੇ ਸੇਮ ਹੀ ਹੈ ਜੀ। ਉਹ ਸਾਰੇ ਇਕੱਠੇ ਸੀਗੇ ਤਿੰਨੇ ਜੀ? ਨਹੀਂ ਜੀ, ਇਹਦੇ 'ਚ ਦੋ ਜਿਹੜੇ ਆ ਜੀ ਉਹ ਪਹਿਲੇ ਇਕੱਠੇ ਸੀਗੇ ਜਿਹਦੇ ਵਿੱਚ ਕਿ ਇੱਕ ਸੁਨੀਲ ਅਤੇ ਜਸਕਰਨ ਜਿਹੜੇ ਆ ਇਹ ਦੋਨੇ ਪਹਿਲੇ ਇਕੱਠੇ ਅਰੈਸਟ ਕੀਤੇ, ਇਹਨਾਂ ਦੇ ਬਾਅਦ ਵਿੱਚ ਪੁੱਛਗਿੱਛ ਦੇ ਵਿੱਚ ਤੀਸਰਾ ਜਿਹੜਾ ਗੁਰਪ੍ਰੀਤ ਆ ਚੱਕਲਾਂ ਦਾ ਉਹ ਬਾਅਦ 'ਚ ਆਇਆ ਇਹਨਾਂ ਦੀ ਪੁੱਛਗਿੱਛ, ਉਹਨੂੰ ਬਾਅਦ 'ਚ ਅਰੈਸਟ ਕੀਤਾ ਜੀ। ਸਰ ਇੱਕ ਨਿੱਕਾ ਜਿਹਾ ਜਾ ਪਿੰਮ ਜਾ ਭਾਰਤ, ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰਾਜ ਨਕੋਦਰ, ਸਿਟੀ ਥਾਣਾ ਨਕੋਦਰ ਦੇ DSP ਸਾਹਿਬ ਸੁਖਪਾਲ ਸਿੰਘ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅੱਜ ਨਕੋਦਰ ਦੇ ਇਲਾਕੇ ਵਿੱਚ ਜਿਹੜੀਆਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਅੱਜ ਉਹ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ, ਅੱਜ ਮੇਲਾ ਲੱਗਿਆ ਨਕੋਦਰ ਦੇ ਸਿਟੀ ਥਾਣਾ ਵਿੱਚ, ਕਿਉਂਕਿ 7 ਮੋਟਰਸਾਈਕਲ ਜਿਹੜੇ ਆ 4 ਮੋਟਰਸਾਈਕਲ ਸਪਲੈਂਡਰ ਨੇ ਅਤੇ ਬਾਕੀ ਮੋਟਰਸਾਈਕਲ ਤੋਂ 2 ਐਕਟਿਵਾ ਜਿਹੜੀਆਂ ਬਰਾਮਦ ਕੀਤੀਆਂ ਪੁਲਿਸ ਨੇ, ਇਹ ਦੋਵੇਂ ਜਿੰਨੇ ਵੀ ਆਰੋਪੀ ਆ 3 ਆਰੋਪੀ ਆ ਤਿੰਨੇ ਦੀ ਤਿੰਨੇ ਜਿਹੜੇ ਬਾਹਰ ਇਲਾਕਿਆਂ ਵਿੱਚੋਂ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਨਕੋਦਰ ਦੇ ਇਲਾਕੇ ਵਿੱਚ ਆ ਕੇ ਜਿਹੜੇ ਵੇਚਦੇ ਸੀ, ਅੱਜ ਪੁਲਿਸ ਦੇ ਸ਼ਿਕੰਜੇ ਹੱਥ ਆ ਗਏ ਨੇ। ਹੁਣ ਇਹਨਾਂ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ 'ਤੇ FIR ਦਰਜ ਕਰਕੇ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਔਰ ਪਤਾ ਕੀਤਾ ਜਾਵੇਗਾ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ, ਏਕਤਾ ਲਹਿਰ, ਨਕੋਦਰ।